ਸਾਸਤ੍ਰੀਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਏ ਟੀਵੀ ਤੇ ਮੈਂ ਆ ਬਰਨ ਕੌਰਮਾਨ ਸਾਲ 2022 ਅਮਰੀਕਾ ਦੀ ਇਮੀਗ੍ਰੇਸ਼ਨ ਦੇ ਵਿੱਚ ਵੀ ਕਈ ਸਾਰੀ ਉਥਲ ਪੁਥਲ ਲੈ ਕੇ ਆਇਆ ਕਿਉਂਕਿ ਕਰੋਨਾ ਤੋਂ ਬਾਅਦ ਜਦੋਂ ਫਲਾਈਟਸ ਖੁੱਲੀਆਂ ਤੇ ਬਹੁਤ ਸਾਰਾ ਰਸ਼ਵੀ ਦੇਖਣ ਨੂੰ ਮਿਲਿਆ ਐਮਬੈਸਾਡੀ ਦੇ ਵਿੱਚ ਵੀ ਵੀਜ਼ਾ ਮਿਲਣ ਦੇ ਲਈ ਦੇਰੀ ਹੋ ਰਹੀ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਸਾਲ 2022 ਦੇ ਦੌਰਾਨ ਅਮਰੀਕਾ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਾਸ ਗੱਲਾਂ ਬਾਰੇ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਦਾ ਗ੍ਰੀਨ ਕਾਰਡ ਹਾਸਲ ਕਰਨ ਦਾ ਸੁਪਨਾ ਚੱਕਨਾਚੂਰ ਹੋਇਆ ਇਸ ਸਾਲ ਹਾਊਸ ਫਾਰ ਰਿਪਰਿਜ਼ੈਂਟੇਟਿਵਸ ਦੇ ਵਿੱਚ ਸਪੀਕਰ ਨੈਂਸੀ ਪੈਲੋਸੀ ਨੇ VOTING ਤੋਂ ਪਹਿਲਾਂ ঈਗਲ ਐਕਟ ਨੂੰ ਰੱਦ ਕਰ ਦਿੱਤਾ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਦੇ ਵੱਡੇ ਹਿੱਸੇ ਨੇ ਇਸ ਦਾ ਵਿਰੋਧ ਕੀਤਾ ਆਗੂਆਂ ਨੇ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਦੇ ਨਾਲ ਅਮਰੀਕਾ ਵਿੱਚ ਭਾਰਤੀਆਂ ਤੇ ਚੀਨੀ ਨਾਗਰਿਕਾਂ ਦਾ ਦਬਦਬਾ ਹੋਰ ਵਧੇਗਾ ਸਾਲ 2022 ਦੇ ਦੌਰਾਨ ਅਮਰੀਕਾ 'ਚ ਕੁਝ ਗੈਰ ਪ੍ਰਵਾਸੀ ਵੀਜ਼ਾ ਬਿਨੇਕਾਰਾਂ ਦੇ ਲਈ ਇੰਟਰਵਿਊ ਨੂੰ ਛੋਟ ਜਿਹੜੀ ਸੀ ਉਸ ਦੀ ਵਧਾ ਦਿੱਤੀ ਗਈ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਵੀ ਐਲਾਨ ਕੀਤਾ ਸੀਗਾ ਕਿ ਉਹ ਗੈਰ ਪ੍ਰਵਾਸੀ ਯਾਤਰਾ ਦੀ ਸਹੂਲਤ ਅਤੇ ਵੀਜ਼ਾ ਉਡੀਕ ਸਮੇਂ ਨੂੰ ਘਟਾਉਣ ਦੇ ਲਈ ਵਚਨਬੱਧ ਨੇ ਇੰਟਰਵਿਊ ਦੀ ਛੋਟ ਸਹੂਲਤ ਗ੍ਰੈਸ ਸੁਰੱਖਿਆ ਵਿਭਾਗ ਦੀ ਸਹਿਮਤੀ ਦੇ ਨਾਲ ਵਧਾਈ ਗਈ ਸੀ। ਬਿਤੀ ਸਾਲ 2022 ਦੇ ਵਿੱਚ ਵਿਦੇਸ਼ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਲਗਭਗ 77 ਲੱਖ ਗੈਰ ਪ੍ਰਵਾਸੀ ਵੀਜ਼ਿਆਂ ਦੇ ਵਿੱਚੋਂ ਅੱਧੇ ਨੂੰ ਵਿਅਕਤੀਗਤ ਇੰਟਰਵਿਊ ਤੋਂ ਬਗੈਰ ਬਰਕਰਾਰ ਰੱਖਿਆ ਗਿਆ ਮੰਤਰਾਲਾ ਨੇ ਕਿਹਾ ਕਿ ਮਹਾਮਾਰੀ ਦੇ ਬਾਅਦ ਵੀ ਅਸੀਂ ਦੁਨੀਆ ਭਰ ਦੇ ਵਿੱਚ ਵੀਜ਼ਾ ਉਡੀਕ ਸਮੇਂ ਨੂੰ ਘਟਾ ਰਹੇ ਹਾਂ ਵਿੱਤੀ ਸਾਲ 2022 ਦੇ ਵਿੱਚ ਵਿਦੇਸ਼ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਲਗਭਗ 70 ਲੱਖ ਗੈਰ ਪ੍ਰਵਾਸੀ ਵੀਜ਼ਿਆਂ 'ਚੋਂ ਅੱਧੇ ਨੂੰ ਵਿਅਕਤੀਗਤ ਇੰਟਰਵਿਊ ਤੋਂ ਬਗੈਰ ਬਰਕਰਾਰ ਰੱਖਿਆ ਗਿਆ ਮੰਤਰਾਲਾ ਨੇ ਕਿਹਾ ਕਿ ਮਹਾਮਾਰੀ ਦੇ ਬਾਅਦ ਵੀ ਅਸੀਂ ਦੁਨੀਆ ਭਰ ਦੇ ਵਿੱਚ ਵੀਜ਼ਾ ਉਡੀਕ ਸਮੇਂ ਨੂੰ ਘਟਾ ਰਹੇ ਹਾਂ ਸਾਲ 2022 ਦੇ ਦੌਰਾਨ ਨਵੀਂ ਦਿੱਲੀ ਦੇ ਵਿੱਚ ਅਮਰੀਕੀ ਦੂਤਵਸ ਨੇ ਲੋਕਾਂ ਨੂੰ ਐਚ ਅਤੇ ਐਲ ਵੀਜ਼ਾ ਦੇ ਲਈ ਅਪਲਾਈ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸਾਲ 2022 ਦੇ ਦੌਰਾਨ ਅਮਰੀਕਾ 'ਚ ਕੰਮ ਕਰਨ ਦੇ ਚਾਹਵਾਨਾਂ ਦੇ ਲਈ ਉਦੋਂ ਚੰਗੀ ਖਬਰ ਆਈ ਜਦੋਂ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਤੇ ਡਿਪਾਰਟਮੈਂਟ ਆਫ ਲੇਬਰ ਇੱਕ ਅਸਥਾਈ ਅੰਤਮ ਨਿਯਮ ਜਾਰੀ ਕਰ ਰਹੇ ਸਨ ਜਿਸ ਦੇ ਤਹਿਤ ਵਿੱਤੀ ਸਾਲ 2023 ਦੇ ਲਈ 64716 ਵਾਧੂ H2 ਵੀਜ਼ਾ ਉਪਲਬਧ ਕਰਵਾਏ ਜਾਣ ਦੀ ਗੱਲ ਹੋਈ ਸੀ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਅਨੁਸਾਰ ਇਹ H2 ਵੀਜ਼ਾ 15 ਸਤੰਬਰ 2023 ਤੋਂ ਪਹਿਲਾਂ ਵਿੱਤੀ ਸਾਲ ਦੇ ਕੁਝ ਖਾਸ ਸਮੇਂ ਤੇ ਵਾਧੂ ਕਰਮਚਾਰੀਆਂ ਦੇ ਲਈ ਪਟੀਸ਼ਨ ਦੀ ਮੰਗ ਕਰਨ ਵਾਲੇ ਅਮਰੀਕੀ ਰੋਜ਼ਗਾਰਦਾਤਾਵਾਂ ਦੇ ਲਈ ਨੇ ਸਾਲ 2022 ਦੇ ਦੌਰਾਨ ਖਬਰ ਆਈ ਹੈ ਕਿ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਮੁੜ ਰਫ਼ਤਾਰ ਫੜ ਚੁੱਕੀ ਹੈ ਅਤੇ 30 ਸਤੰਬਰ ਨੂੰ ਖਤਮ ਹੋਏ ਵਿੱਤੀ ਬਰੇ ਦੇ ਦੌਰਾਨ ਵਿਦੇਸ਼ਾਂ ਦੇ ਵਿੱਚ ਬੈਠੇ ਤਕਰੀਬਨ 5 ਲੱਖ ਪ੍ਰਵਾਸੀ ਗ੍ਰੀਨ ਕਾਰਡ ਲੈ ਕੇ ਅਮਰੀਕਾ ਪੁੱਜੇ 2021 ਦੇ ਮੁਕਾਬਲੇ ਸਾਲ 2022 ਦੇ ਵਿੱਚ 73% ਦੀ ਵੱਧ ਗ੍ਰੀਨ ਕਾਰਡ ਜਾਰੀ ਕੀਤੇ ਗਏ ਅਤੇ ਮਹਾਮਾਰੀ ਤੋਂ ਪਹਿਲਾਂ 2019 ਦੇ ਵਿੱਚ ਜਾਰੀ ਕੀਤੇ ਗ੍ਰੀਨ ਕਾਰਡ ਦਾ ਅੰਕੜਾ ਵੀ ਪਿੱਛੇ ਰਹਿ ਗਿਆ ਦੂਜੇ ਪਾਸੇ 70 ਲੱਖ ਟੈਂਪਰੇਰੀ ਵੀਜ਼ੇ ਵੱਖ-ਵੱਖ ਮੁਲਕਾਂ ਦੇ ਨਾਗਰਿਕਾਂ ਨੂੰ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਸਲਾਨੀ ਵਿਦਿਆਰਥੀ ਤੇ ਕਾਰੋਬਾਰੀ ਸ਼ਾਮਲ ਨੇ ਅਮਰੀਕਾ ਨੇ ਵਿੱਤੀ ਸਾਲ 2022 ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੇ ਲਗਭਗ 10 ਲੱਖ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਪ੍ਰਦਾਨ ਕੀਤੀ ਪਿਛਲੇ 15 ਸਾਲਾਂ ਦੇ ਦੌਰਾਨ ਅਮਰੀਕੀ ਨਾਗਰਿਕਤਾ ਲੈਣ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਬਣਦੀ ਹੈ ਸਭ ਤੋਂ ਵੱਧ ਫਾਇਦਾ ਭਾਰਤ ਸਣੇ ਪੰਜ ਦੇਸ਼ਾਂ ਦੇ ਲੋਕਾਂ ਨੂੰ ਹੋਇਆ ਕਿਉਂਕਿ ਇਹਨਾਂ ਦੇਸ਼ਾਂ ਦੇ ਲੋਕ ਹੀ ਜ਼ਿਆਦਾਤਰ ਅਮਰੀਕੀ ਨਾਗਰਕ ਬਣੇ ਸਾਲ 2022 ਦੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾइडਨ ਨੇ ਸਾਲ 2023 ਦੇ ਲਈ ਬਜਟ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਤ ਰੱਖਣ ਦਾ ਬੁੱਧਵਾਰ ਨੂੰ ਟੀਚਾ ਰੱਖਿਆ ਸੀ ਜਦੋਂ ਕਿ ਸ਼ਰਨਾਰਥੀਆਂ ਦੀ ਹਮਾਇਤ ਕਰਨ ਵਾਲੇ ਲਗਾਤਾਰ ਰਾਸ਼ਟਰਪਤੀ ਤੇ ਇਸ ਸੰਖਿਆ ਨੂੰ ਵਧਾਉਣ ਦੇ ਲਈ ਦਬਾਅ ਪਾਉਂਦੇ ਰਹੇ ਸਨ ਸ਼ਰਨਾਰਥੀਆਂ ਦੇ ਹਮਾਇਤੀ ਯੂਐਸ ਰਿਫਿਊਜੀਜ਼ ਐਡਮਿਸ਼ਨ ਪ੍ਰੋਗਰਾਮ ਨੂੰ ਬਾਹਰ ਕਰਨ ਦੇ ਲਈ ਬਾਈਡਨ ਪ੍ਰਸ਼ਾਸਨ ਤੇ ਹੋਰ ਕਦਮ ਚੁੱਕਣ ਦਾ ਦਬਾਅ ਪਾ ਰਹੇ ਸਨ ਸਾਲ 2022 ਦੇ ਦੌਰਾਨ ਸan ਫਰਾਂਸਿਸਕੋ ਸਥਤ ਭਾਰਤੀ ਕੌਂਸਲੈਂਟ ਦਫ਼ਤਰ ਵੱਲੋਂ ਪਿਛਲੇ ਵਿੱਤੀ ਬਰੇ ਦੌਰਾਨ 1,70,813 ਅਰਜ਼ੀਆਂ ਦਾ ਨੱਪਟਾਰਾ ਕੀਤਾ ਗਿਆ। ਪੱਤਰਕਾਰਾਂ ਦੀ ਇੱਕ ਮਿਲਣੀ ਦੇ ਦੌਰਾਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੌਂਸਲੈਂਟ ਜਨਰਲ ਡਾਕਟਰ ਟੀਵੀ ਨਗੇਂਦਰ ਪ੍ਰਸਾਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀਗਾ ਕਿ ਪਿਛਲੀ ਵਿੱਤੀ ਬਰੇ ਦੇ ਦੌਰਾਨ 90,470 ਭਾਰਤੀਆਂ ਨੂੰ OCI ਕਾਰਡ ਜਾਰੀ ਕੀਤੇ ਗਏ। 38355 ਪਾਸਪੋਰਟ ਬਣਾਏ ਗਏ 13027 ਲੋਕਾਂ ਨੂੰ ਭਾਰਤੀ ਵੀਜ਼ਾ ਦਿੱਤਾ ਗਿਆ ਰੀਨੋਸੇਸ਼ਨ ਦੀਆਂ 18413 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਇਸੇ ਤਰ੍ਹਾਂ 10500 ਹੋਰ ਵੱਖ-ਵੱਖ ਤਰ੍ਹਾਂ ਦੀਆਂ ਅਰਜ਼ੀਆਂ ਨਿਪਟਾਈਆਂ ਗਈਆਂ ਕੁੱਲ ਮਿਲਾ ਕੇ 170813 ਅਰਜ਼ੀਆਂ ਨਿਪਟਾਈਆਂ ਗਈਆਂ ਜੋ ਕਿ ਇੱਕ ਰਿਕਾਰਡ ਹੈ ਅਮਰੀਕਾ ਵਿੱਚ ਪੜ੍ਹਾਈ ਦੇ ਮਾਮਲੇ ਦੇ ਵਿੱਚ ਪਿਛਲੇ ਇੱਕ ਦਹਾਕੇ 'ਚ ਭਾਰਤੀ ਵਿਦਿਆਰਥੀਆਂ ਨੇ ਵੱਡੀ ਛਾਲ ਮਾਰੀ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋਈ ਓਪਨ ਡੋਰਸ ਰਿਪੋਰਟ 2022 ਦੇ ਅਨੁਸਾਰ ਅਮਰੀਕਾ ਦੇ ਵਿੱਚ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰਤੀਆਂ ਦੀ ਪ੍ਰਤੀਸ਼ਤਤਾ 11.8 ਤੋਂ ਵੱਧ ਕੇ 21% ਹੋ ਗਈ। ਜਸਦਾਰ ਦੇ ਨਾਲ ਭਾਰਤੀ ਵਿਦਿਆਰਥੀ ਅਮਰੀਕਾ ਜਾ ਰਹੇ ਨੇ। ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਦੇ ਚੀਨੀ ਵਿਦਿਆਰਥੀਆਂ ਨੂੰ ਪਛਾੜਨ ਦੀ ਉਮੀਦ ਹੈ। ਜੂਨ ਤੋਂ ਅਗਸਤ ਦੇ ਦਰਮਿਆਨ 82000 ਵੀਜ਼ੇ ਜਾਰੀ ਕੀਤੇ ਗਏ ਜੋ ਕਿ ਸਾਰੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਨੇ। ਕੋਰੋਨਾ ਦੌਰ ਤੋਂ ਬਾਅਦ ਅਮਰੀਕਾ ਦੇ ਵਿੱਚ ਸਾਲ 2021-22 ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਚ 80% ਦਾ ਵਾਧਾ ਹੋਇਆ ਹੈ। ਸਾਲ 2022 ਦੇ ਦੌਰਾਨ ਅਮਰੀਕਾ ਦੀ ਇਮੀਗ੍ਰੇਸ਼ਨ ਦੇ ਵਿੱਚ ਉਦੋਂ ਹਲਚਲ ਮਚੀ ਜਦੋਂ ਨਜਾਇਜ਼ ਤਰੀਕੇ ਦੇ ਨਾਲ ਦਾਖਲ 63000 ਤੋਂ ਵੱਧ ਪ੍ਰਵਾਸੀ ਵੱਡੀ ਮੁਸ਼ਕਲ ਦੇ ਵਿੱਚ ਗਿਰੇ ਜਦੋਂ ਇਮੀਗ੍ਰੇਸ਼ਨ ਕਸਟਮਸ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਸਮੇਂ ਸਿਰ ਜ਼ਰੂਰੀ ਦਸਤਾਵੇਜ਼ ਦਾਖਲ ਨਾ ਕਰਨ ਤੇ ਇਮੀਗ੍ਰੇਸ਼ਨ ਜੱਜਾਂ ਨੇ ਮਾਮਲੇ ਰੱਦ ਕਰ ਦਿੱਤੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਨੂੰ ਰਿਹਾ ਕੀਤਾ ਜਾ ਚੁੱਕਿਆ ਸੀ ਅਤੇ ਹੁਣ ਮੁਕੱਦਮਾ ਰੱਦ ਹੋਣ ਮਗਰੋਂ ਨਵੇਂ ਸਿਰੇ ਤੋਂ ਕਾਰਵਾਈ ਬੇहद ਮੁਸ਼ਕਲ ਹੋ ਸਕਦੀ ਸੀ ਅਮਰੀਕਾ ਸਾਲ 2023 ਦੇ ਲਈ 65000 ਵਿਦੇਸ਼ੀ ਤਕਨੀਕੀ ਕਾਮਿਆਂ ਨੂੰ H1 ਵੀਜ਼ਾ ਦੇਣ ਜਾ ਰਿਹਾ ਇਹ ਘੋਸ਼ਣਾ ਸਾਲ 2022 ਦੇ ਦੌਰਾਨ ਹੋ ਚੁੱਕੀ ਹੈ ਅਮਰੀਕੀ ਕਾਂਗਰਸ ਨੇ ਦੇਸ਼ ਦੇ ਇਮੀਗ੍ਰੇਸ਼ਨ ਮੈਕਮੇ ਨੂੰ ਇਸ ਨੂੰ ਲਾਜ਼ਮੀ ਕਰਨ ਲਈ ਕਿਹਾ ਇਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ ਉਹਨਾਂ ਨੂੰ 65000 H1B ਵੀਜ਼ਾ ਪ੍ਰਾਪਤ ਕਰਨ ਦੇ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਇਹ ਪਹਿਲੀ ਵਾਰ ਹੈ ਜਦੋਂ ਇੰਨੀਆਂ ਅਰਜ਼ੀਆਂ ਨੂੰ ਵੀਜ਼ਾ ਦਿੱਤਾ ਜਾਏ ਅਮਰੀਕਾ H1B ਵੀਜ਼ਾ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਪਹਿਲ ਕਰਨ ਜਾ ਰਹੀਆ ਇਹ ਪਹਿਲਾ ਸਦਕਾ ਸਟਾਰਟਅਪ ਕੰਪਨੀਆਂ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਨੌਕਰੀਆਂ ਤੇ ਰੱਖ ਸਕਣਗੀਆਂ ਇਹੀ ਨਹੀਂ ਗ੍ਰੀਨ ਕਾਰਡ ਹਾਸਲ ਕਰਨਾ ਵੀ ਹੋ ਸਕਦਾ ਹੈ ਕਿ 2023 ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸੁਖਾਲਾ ਹੋ ਜਾਏ ਇਹ ਗੱਲ 2022 ਦੇ ਵਿੱਚ ਅਮਰੀਕੀ ਇਮੀਗ੍ਰੇਸ਼ਨ ਚ ਹੋ ਚੁੱਕੀ ਹੈ ਸਾਲ 2022 ਦੇ ਦੌਰਾਨ ਅਮਰੀਕਾ ਗਏ H1 ਵੀਜ਼ਾ ਤੇ ਅਮਰੀਕਾ ਗਏ ਉਹਨਾਂ ਪ੍ਰਵਾਸੀਆਂ ਨੂੰ ਉਦੋਂ ਦਿੱਕਤ ਆਈ ਜਦੋਂ ਮੈਟਾਵਰਸੀਆਂ ਟਵਿੱਟਰ ਵਰਗੀਆਂ ਵੱਡੀਆਂ ਕੰਪਨੀਆਂ ਨੇ ਸ਼ਾਂਤੀ ਕੀਤੀ ਉਹਨਾਂ ਲੋਕਾਂ ਨੂੰ ਨੌਕਰੀ ਲੱਭਣ ਦੇ ਵਿੱਚ ਦਿੱਕਤ ਹੋਈ ਬਹੁਤ ਸਾਰੇ ਲੋਕਾਂ ਤੇ ਅਮਰੀਕਾ ਨੂੰ ਛੱਡਣ ਦੀ ਯਾਨੀ ਕਿ ਉਥੋਂ ਵਾਪਸ ਭਾਰਤ ਭੇਜਣ ਦੀ ਜਾਂ ਆਪਣੇ ਆਪਣੇ ਮੁਲਕਾਂ ਨੂੰ ਭੇਜਣ ਦੀ ਗੱਲ ਸ਼ੁਰੂ ਹੋਈ ਇਮੀਗ੍ਰੇਸ਼ਨ ਵਿਭਾਗ ਨੇ ਦਲਾਸਾ ਦਲਾਇਆ ਸੀਗਾ ਕਿ ਇਮੀਗ੍ਰੇਸ਼ਨ ਦੇ ਆਧਾਰ ਤੇ H1 ਵੀ ਵੀਜ਼ਾ ਵਾਲੇ ਲੋਕਾਂ ਨੂੰ ਪਹਿਲਾਂ ਨੌਕਰੀਆਂ ਦਿੱਤੀਆਂ ਜਾਣਗੀਆਂ US ডিপার্টমেন্ট অফ হোমল্যান্ড সিকিউরিটি ਅਤੇ ਲੇਬਰ ਵਿਭਾਗ ਨੇ ਸਾਂਝੇ ਤੌਰ ਤੇ ਇੱਕ ਆਰਜੀ ਅੰਤਮ ਨਿਯਮ ਜਾਰੀ ਕੀਤਾ ਇਸ ਸਾਲ ਅਨੁਸਾਰ ਵਿੱਤੀ ਸਾਲ ਦੇ ਲਈ H2B ਗੈਰ ਪ੍ਰਵਾਸੀ ਵੀਜ਼ਾ ਤੇ ਸੰਖਿਆਤਮਕ ਸੀਮਾ ਵਧਾ ਕੇ 64716 ਕਰ ਦਿੱਤੀ ਗਈ। ਇਹ ਨਿਯਮ 15 ਨਵੰਬਰ 2022 ਤੋਂ ਲਾਗੂ ਹੋਇਆ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਤਾਬਕ ਇਹ ਪੂਰਕ H2B ਵੀਜ਼ਾ 15 ਸਤੰਬਰ 2023 ਤੋਂ ਪਹਿਲਾਂ ਵਿੱਤੀ ਸਾਲ ਦੇ ਇੱਕ ਨਿਸ਼ਚਿਤ ਮਿਆਦ ਵਿੱਚ ਵਾਧੂ ਕਰਮਚਾਰੀਆਂ ਦੇ ਲਈ ਪਟੀਸ਼ਨ ਦਾਇਰ ਕਰਨ ਵਾਲੇ ਅਮਰੀਕੀ ਮਾਲਕਾਂ ਦੇ ਲਈ ਹਨ ਅਮਰੀਕੀ ਦੂਤਖਾਨ ਦੀ ਰਾਜਦੂਤ ਇਨਚਾਰਜ ਐਲਿਜ਼ਾਬੈਥ ਜੋਨਸ ਨੇ ਕਿਹਾ ਕਿ ਅਮਰੀਕਾ ਭਾਰਤ ਦੇ ਵਿੱਚ ਵੀਜ਼ਾ ਜਾਰੀ ਕਰਨ ਦੇ ਲਈ ਲੰਬੇ ਇੰਤਜ਼ਾਰ ਦੇ ਸਮੇਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਜ਼ਬਰਦਸਤ ਕੋਸ਼ਿਸ਼ ਕਰ ਰਿਹਾ ਸਾਲ 2022 ਦੇ ਦੌਰਾਨ ਉਹਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਵੀਜ਼ਾ ਦੀ ਬਦੀ ਮੰਗ ਦੇ ਕਾਰਨ ਦੇਸ਼ ਵਿੱਚ ਸਥਿਤੀ ਵਿਸ਼ੇਸ਼ ਤੌਰ ਤੇ ਖਰਾਬ ਹੈ ਸਾਲ 2022 ਦੇ ਦੌਰਾਨ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਵੀਜ਼ਾ ਦੀ ਬਦੀ ਮੰਗ ਦੇ ਕਾਰਨ ਅਮਰੀਕਾ ਦੇ ਵਿੱਚ ਸਥਿਤੀ ਵਿਸ਼ੇਸ਼ ਤੌਰ ਤੇ ਖਰਾਬ ਰਹੀ ਹੈ ਨਵ ਨਿਯੁਕਤ ਡਿਪਲੋਮੈਟ ਨੇ ਕਿਹਾ ਸੀਗਾ ਕਿ ਇਹ ਮੁੱਦਾ ਵਾਸ਼ਿੰਗਟਨ ਦੀਆਂ ਤਰਜੀਹਾਂ ਵਿੱਚ ਸਿਖਰ ਤੇ ਹੈ ਅਤੇ ਸਾਲ 2022 ਦੇ ਦੌਰਾਨ ਵੀਜ਼ਾ ਦੇ ਲਈ ਉਡੀਕ ਸਮੇਂ ਨੂੰ ਘਟਾਉਣ ਦੇ ਯਤਨ ਕੀਤੇ ਗਏ ਸੀ ਪਰ ਸਲਾਹਕਾਰਾਂ ਦੀ ਭਰਤੀ ਅਤੇ ਸਖਲਾਈ ਵੀ ਸ਼ਾਮਲ ਕੀਤੀ ਗਈ ਸੀ ਅਮਰੀਕਾ ਜਾਣ ਦੀ 2023 ਦੇ ਵਿੱਚ ਤੁਸੀਂ ਯੋਜਨਾ ਬਣਾ ਰਹੇ ਹੋ ਜਾਂ ਵਿਜ਼ਟਰ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 3 ਸਾਲ ਤੱਕ ਦਾ ਇੰਤਜ਼ਾਰ ਹੋ ਸਕਦਾ ਹੈ ਕਰਨਾ ਪੈ ਸਕੇ ਬਿਜ਼ਨਸ ਵੀਜ਼ਾ B1 ਅਤੇ ਟੂਰਿਸਟ ਵੀਜ਼ਾ B2 ਦੀ ਮੰਗ ਕਰਨ ਵਾਲੇ ਭਾਰਤੀਆਂ ਦੀ ਉਡੀਕ ਲਗਭਗ 1000 ਦਿਨ ਰਹੀ ਹੈ ਇਸ ਸਾਲ 2022 ਦੇ ਵਿੱਚ ਵੀ ਇਵੇਂ ਹੋਇਆ ਸੀ ਯੂਐਸ ਸਟੇਟ ਡਿਪਾਰਟਮੈਂਟ ਦੀ ਵੈੱਬਸਾਈਟ ਦੇ ਮੁਤਾਬਕ ਕਾਰੋਬਾਰ ਟੂਰਿਸਟ ਵੀਜ਼ਾ ਇੰਟਰਵਿਊ ਦੇ ਲਈ ਬੰਬਈ ਦੇ ਵਿੱਚ 999 ਦਿਨਾਂ ਦੀ ਵੇਟਿੰਗ ਸੀ ਇਸ ਦੇ ਨਾਲ ਹੀ ਹైదరాబాద్ ਦੇ ਵਿੱਚ 994 ਦਿਨਾਂ ਦੀ ਵੇਟਿੰਗ ਸੀ ਦਿੱਲੀ ਦੇ ਵਿੱਚ 961 ਦਿਨ ਚੇਨਈ ਦੇ ਵਿੱਚ 948 ਦਿਨ ਅਤੇ ਕੋਲਕਾਤਾ ਦੇ ਵਿੱਚ 904 ਦਿਨਾਂ ਦੀ ਇਹ ਵੇਟਿੰਗ ਰਹੀ ਹੈ ਸਾਲ 2022 ਦੇ ਦੌਰਾਨ ਤੇ ਹੋ ਸਕਦਾ ਹੈ ਕਿ ਸਾਲ 2023 ਦੇ ਦੌਰਾਨ ਵੀ ਇਹ ਵੇਟਿੰਗ ਸਮਾਂ ਵੱਧਦਾ ਰਹੇ ਹਾਲਾਂਕਿ ਜਿਹੜਾ ਅਮਰੀਕਾ ਹੈ ਉਹ बार-बार ਕਹਿ ਰਿਹਾ ਹੈ ਕਿ ਅਸੀਂ ਆਪਣੇ ਪੱਧਰ ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀਜ਼ਾ ਪ੍ਰੋਸੈਸਿੰਗ ਇੰਟਰਵਿਊ ਪ੍ਰੋਸੈਸਿੰਗ ਦਾ ਟਾਈਮ ਹੈ ਜਿਹੜਾ ਉਹ ਘੱਟ ਤੋਂ ਘੱਟ ਲੱਗੇ ਅਗਸਤ ਦੇ ਵਿੱਚ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਵਾਈਡਨ ਸਰਕਾਰ 2.5 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਾਲ 2022 ਦੇ ਦੌਰਾਨ ਰਿਹਾਅ ਕਰ ਚੁੱਕੀ ਸੀ ਅਮਰੀਕਾ ਦੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 257000 ਪ੍ਰਵਾਸੀਆਂ ਨੂੰ ਇਹਨਾਂ ਦੇ ਸਪੌਂਸਰਾਂ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦੇ ਅਸਾਰ ਨਹੀਂ ਰਹੇ ਸਨ। ਸਾਲ 2022 ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਸੀ। ਉਹਨਾਂ ਨੇ ਅਮਰੀਕੀ ਵਿਦਿਆਰਥੀਆਂ ਦੇ ਲਈ ਕਰਜ਼ੇ ਮਾਫ਼ ਕੀਤੇ ਜਾਣਗੇ ਜਿਨ੍ਹਾਂ ਦੀ ਆਮਦਨ 125000 ਡਾਲਰ ਤੋਂ ਸਾਲਾਨਾ ਘੱਟ ਹੈ। ਔਰ ਵਿਦਿਆਰਥੀ ਲੋਨ ਚ ਕਟੌਤੀ ਕਰਨਾ ਵਾਈਡਨ ਪ੍ਰਸ਼ਾਸਨ ਦਾ ਇੱਕ ਹੋਰ ਵੱਡਾ ਝੋਣ ਵਾਦਾ ਸੀਗਾ ਵਾਈਡਨ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਉਹਨਾਂ ਪ੍ਰਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਸੀ ਜਿਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੀ ਸੀ ਸਾਲ 2022 ਦੇ ਦੌਰਾਨ ਵਾਈਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਦੇ ਲਈ ਵਰਕ ਪਰਮਿਟ ਦੀ ਸਮਾਂ ਸੀਮਾ ਨੂੰ ਸਵੈਚਾਲਿਤ ਤੌਰ ਤੇ ਵਧਾਉਣ ਦਾ ਐਲਾਨ ਕੀਤਾ ਸੀ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲਿਆਂ ਅਤੇ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਡੇਢ ਸਾਲ ਦੇ ਲਈ ਰੋਜ਼ਗਾਰ ਅਧਿਕਾਰ ਕਾਰਡ ਮਿਲਦਾ ਹੈ ਅਮਰੀਕੀ ਗ੍ਰੈਨਸ ਸੁਰੱਖਿਆ ਵਿਭਾਗ ਦੇ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ ਇਸ ਕਦਮ ਨਾਲ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ ਸਾਲ 2023 ਦੇ ਦੌਰਾਨ ਅਮਰੀਕਾ ਦੇ ਵਿੱਚ ਨਵੇਂ ਬਣਨ ਵਾਲੇ ਪਾਸਪੋਰਟ ਮੇਲ ਫੀਮੇਲ ਦੇ ਝੰਡਟ ਤੋਂ ਮੁਕਤ ਹੋਣਗੇ ਇਹ ਖਬਰ ਸਾਲ 2022 ਦੀ ਇੱਕ ਰਾਹਤ ਦੇਣ ਵਾਲੀ ਖਬਰ ਸੀ ਅਤੇ ਇਹਨਾਂ ਦੇ ਵਿੱਚ ਲਿੰਗ ਦੀ ਪਛਾਣ ਵਾਲੀ ਜਗ੍ਹਾ ਤੇ ਐਕਸ ਲਿਖਿਆ ਹੋਏਗਾ 11 ਅਪ੍ਰੈਲ ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ ਤਹਿਤ ਅਮਰੀਕੀ ਨਾਗਰਿਕ ਆਪਣੀ ਮਰਜ਼ੀ ਦੇ ਮੁਤਾਬਕ ਇਹ ਸਹੂਲਤ ਲੈ ਸਕਦੇ ਨੇ ਹੁਣ ਵਿਦੇਸ਼ ਵਿਭਾਗ ਨੇ ਪਿਛਲੇ ਸਾਲ ਕੋਲਰਾਡੋ ਦੇ ਇੱਕ 트랜ਸਜੈਂਡਰ ਵੱਲੋਂ ਧਾਇਰ ਮੁਕੱਦਮੇ ਮਗਰੋਂ ਬਿਨਾਂ ਲਿੰਗ ਦੀ ਪਛਾਣ ਵਾਲੇ ਪਾਸਪੋਰਟ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਇਹ ਤਬਦੀਲੀ ਲਾਗੂ ਹੋ ਗਈ ਹੈ ਅਮਰੀਕੀ ਸਰਕਾਰ ਦੇ ਵੱਲੋਂ 2 ਸਾਲ ਪਹਿਲਾਂ ਮੈਕਸੀਕੋ ਸਰਹੱਦ ਤੋਂ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਦੇ ਆਦੇਸ਼ ਤੇ ਹੁਣ ਸੁਪਰੀਮ ਕੋਰਟ ਨੇ ਮੋਹਰ ਲਗਾਉਂਦੇ ਹੋਏ ਇਸ ਨੂੰ ਲੰਬੇ ਸਮੇਂ ਦੇ ਲਈ ਵਧਾ ਦਿੱਤਾ ਇਹ ਫੈਸਲਾ ਵੀ ਸਾਲ 2022 ਦੇ ਦੌਰਾਨ ਲਿਆ ਗਿਆ ਜ਼ਿਕਰ ਯੋਗ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਕੋਰੋਨਾ ਦੌਰ ਦਾ ਹਵਾਲਾ ਦਿੰਦੇ ਹੋਏ ਮੈਕਸੀਕੋ ਸਰਹੱਦ ਤੋਂ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਸੀ ਉਹਨਾਂ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਪਰ ਹੁਣ ਅਦਾਲਤ ਦੇ ਫੈਸਲੇ ਤੋਂ ਬਾਅਦ ਮੈਕਸੀਕੋ ਬਾਰਡਰ ਤੇ ਫਸੇ ਲੋਕਾਂ ਦਾ ਅਮਰੀਕਾ ਜਾਣ ਦਾ ਇੰਤਜ਼ਾਰ ਵੱਧ ਗਿਆ ਹੈ ਇਸ ਤੋਂ ਪਹਿਲਾਂ ਅਮਰੀਕਾ ਦੇ 19 ਰਾਜਾਂ ਨੇ ਇਸ ਮਾਮਲੇ 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀਗਾ ਕਿ ਜੇਕਰ ਟਰੰਪ ਦੇ ਕਾਰਜਕਾਲ ਦੇ ਦੌਰਾਨ ਲਗਾਈ ਗਈ ਐਂਟਰੀ ਬੈਨ ਨੂੰ ਅਚਾਨਕ ਹਟਾ ਦਿੱਤਾ ਜਾਂਦਾ ਹੈ ਨਾ ਤਾਂ ਅਮਰੀਕਾ 'ਚ ਮੈਕਸੀਕਨ ਪ੍ਰਵਾਸੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਏਗਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਨੂੰ ਭੇਜਿਆ ਗਿਆ ਇੱਥੇ ਫੈਸਲਾ ਕੀਤਾ ਗਿਆ ਕਿ ਮੈਕਸਿਕੋ ਦੇ ਉਹਨਾਂ ਲੋਕਾਂ ਨੂੰ ਵੀ ਅਮਰੀਕਾ 'ਚ ਪਨਾ ਨਹੀਂ ਮਿਲੇਗੀ ਜਿਨ੍ਹਾਂ ਨੂੰ ਪਹਿਲਾਂ ਪਨਾ ਦਿੱਤੀ ਗਈ ਸੀ ਜਾਂ ਜੋ ਇਸ ਦੇ ਲਈ ਯੋਗ ਹੋਣਗੇ ਅਦਾਲਤ ਹੁਣ ਫਰਵਰੀ ਦੇ ਵਿੱਚ ਜਾਨਕੀ ਸਾਲ 2023 ਫਰਵਰੀ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਕਰੇਗੀ